यूके स्टडी वीज़ा की गल करिए, सितंबर इनटेक नू लैके जिहड़े भी स्टूडेंट जानना चाह रहे हैं कि असी किहड़े चंगे कोर्सिज़ दे नाल असी अगे वध सकदे हां ताकि अगे चल के उन्हां नू बहुत अच्छी अच्छी ऑप्शन मिल सकन, अपने फ्यूचर नू सिक्योर कर सकन। सो यूके विद आयल्स विदाउट आयल्स हमेशा ही सवाल ये जरूर बनया रहिंदा है जदों आपां यूके स्टडी वीज़ा की गल करदे हां। सो उस उपर भी जानकारी जरूर देवांगे और किस तरह के चंगे चंगे कोर्सिज़ ने जिस दे विच तुहानू जिस दी आपां कह सकदे हां अगों चल के डिमांड भी है और उस स्ट्रीम दे विच तुहानू अगे चल के जॉब्स ਵੀ ਚੰਗੀਆਂ ਮਿਲ ਸਕਦੀਆਂ। ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਾਂਗੇ ਤੁਹਾਡੇ ਨਾਲ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ। ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਜ਼ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਮੈਮ, 28 ਸਾਲਾਂ ਤੋਂ ਸਟੂਡੈਂਟਸ ਨੂੰ ਤੁਸੀਂ ਗਾਈਡ ਕਰ ਰਹੇ ਹੋ, ਹਰ ਕੰਟਰੀ ਦੇ ਉੱਪਰ ਨਜ਼ਰ ਮਾਰਦੇ ਆ, ਕਈ ਤਰ੍ਹਾਂ ਦੇ ਚੇਂਜਿਸ, ਕਈ ਤਰ੍ਹਾਂ ਦੇ ਅਪਡੇਟਸ, ਰੂਲਸ ਨੂੰ ਲੈ ਕੇ ਚੇਂਜਿਸ ਹੁੰਦੇ ਰਹਿੰਦੇ ਨੇ। ਯੂਕੇ ਵੀ ਉਹਨਾਂ ਵਿੱਚੋਂ ਇੱਕ ਹੈ। ਪਿਛਲੇ ਕੁਝ ਸਮੇਂ ਵਿੱਚ ਹੀ ਬਹੁਤ ਸਾਰੇ ਰੂਲਸ ਅਪਡੇਟ ਹੋ ਚੁੱਕੇ ਨੇ, ਚੇਂਜ ਕਈ ਤਰ੍ਹਾਂ ਦੇ ਆ ਚੁੱਕੇ ਨੇ, ਪਰ ਅੱਜ ਦੇ ਟਾਈਮ ਵਿੱਚ ਕਿਸ ਤਰ੍ਹਾਂ ਦੀ ਪ੍ਰੋਫਾਈਲ ਦੇ ਲਈ ਹਲੇ ਵੀ ਅਸੀਂ ਯੂਕੇ ਨੂੰ ਬੈਸਟ ਆਪਸ਼ਨ ਮੰਨਦੇ ਹਾਂ? ਔਰ ਜਿਹੜੇ ਸਟੂਡੈਂਟ ਹਮੇਸ਼ਾ ਬਹੁਤ ਸਾਰੇ ਸਵਾਲ ਤੁਹਾਡੇ ਕੋਲ ਵੀ ਕਾਲ ਜ਼ਰੀਏ ਆਉਂਦੇ ਹੋਣੇ, ਕਮੈਂਟ ਜ਼ਰੀਏ, ਕਿ ਵਿਦ ਆਇਲਸ ਔਰ ਵਿਦਆਊਟ ਆਇਲਸ ਆਪਸ਼ਨਸ ਨੂੰ ਲੈ ਕੇ ਬਣੇ ਰਹਿੰਦੇ ਨੇ ਸਵਾਲ। ਸੋ ਸਪਟੈਂਬਰ ਇਨਟੇਕ ਜਦੋਂ ਆਪਾਂ ਦੇਖਦੇ ਹਾਂ, ਕਿਸ ਤਰ੍ਹਾਂ ਦੀਆਂ ਆਪਸ਼ਨਸ ਅਵੇਲੇਬਲ ਨੇ ਔਰ ਬਹੁਤ ਜ਼ਿਆਦਾ ਵਧੀਆ ਚਾਂਸਿਸ ਸਟੂਡੈਂਟਸ ਨੂੰ ਕਿਸ ਆਪਸ਼ਨਸ ਦੇ ਨਾਲ ਅੱਗੋਂ ਲਈ ਦਿਖ ਸਕਦੇ ਨੇ? ਦੇਖੋ ਹਰਜੋਤ, ਜਿਹੜੇ ਸਟੂਡੈਂਟਸ ਛੋਟਾ ਮਾਸਟਰਸ ਕੋਰਸ ਮੰਨ ਲਓ, ਫੋਰ ਐਗਜ਼ਾਮਪਲ ਯੂਕੇ ਦੇ ਵਿੱਚ 1 ਈਅਰ ਦਾ, ਬਾਕੀ ਆਲ ਓਵਰ ਵਰਲਡ ਵਾਈਡ ਜਿਹੜਾ ਆਲਮੋਸਟ 2 ਈਅਰਸ ਦਾ, ਔਰ ਇੱਥੇ ਡਿਗਰੀ ਹੈ, ਕੋਈ ਡਿਪਲੋਮਾ ਨਹੀਂ 1 ਈਅਰ ਦਾ, ਬੈਚੁਲਰ 3 ਈਅਰ ਦੀ, ਠੀਕ ਹੈ। ਜਿਹੜਾ ਟਾਈਮ ਡਿਊਰੇਸ਼ਨ ਘੱਟ ਕਰਨਾ ਚਾਹੁੰਦੇ ਆ, ਯੂਕੇ ਉਹਨਾਂ ਦੀ ਫਸਟ ਆਪਸ਼ਨ ਹੁੰਦੀ ਆ। ਯੂਕੇ ਪੜ੍ਹਨ ਦੇ ਵਾਸਤੇ ਵਰਲਡ ਵਾਈਡ ਜਿਹੜੀ ਹੈ ਬੈਸਟ, ਜਿਹਨੂੰ ਕਹਿੰਦੇ ਕਿ ਕੁਆਲਿਟੀ ਵਾਈਜ਼ ਸਟੱਡੀਜ਼ ਦੇ ਵਿੱਚ ਜਿਹੜੀ ਬੈਸਟ ਐਜੂਕੇਸ਼ਨ ਹੈ, ਠੀਕ ਹੈ। ਕੈਂਬਰਿਜ, ਆਕਸਫੋਰਡ ਜਿਹੜੀ ਯੂਕੇ ਦੇ ਵਿੱਚ ਹੀ ਹੈ, ਵਰਲਡ ਵਾਈਡ ਜਿਹੜੀ ਬੈਸਟ ਯੂਨੀਵਰਸਿਟੀਜ਼ ਕਾਊਂਟ ਹੁੰਦੀਆਂ। ਇੱਕ ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਉੱਥੋਂ ਹੀ ਪੜ੍ਹ ਕੇ ਆਏ ਸੀਗੇ, ਜਾਂ ਬੜੇ ਬੜੇ ਇੰਡਸਟਰੀਅਲਿਸਟ ਉੱਥੋਂ ਹੀ ਪੜ੍ਹ ਕੇ ਆਉਂਦੇ ਆ। ਅਤੇ ਐੱਮ ਬੀ ਏ ਵਾਸਤੇ ਜਾਂ ਜਿਹਨੂੰ ਸਪੋਰਟਸ ਦੇ ਕੁਛ ਕੋਰਸਿਸ ਜਾਂ ਹੈਲਥ ਦੇ ਕੋਰਸਿਸ ਬੈਸਟ, ਅੱਜ ਕੱਲ੍ਹ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਚੱਲ ਰਹੀ, ਈਵਨ ਮੈਂ ਆਪਦੇ ਕੋਰਸ ਕਰ ਰਹੀ ਹਾਂ ਆਰਟੀਫਿਸ਼ਲ ਇੰਟੈਲੀਜੈਂਸ ਦਾ, ਆਉਣ ਵਾਲਾ ਟਾਈਮ ਸਾਰਾ ਹੁਣ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਬਹੁਤ ਜ਼ਿਆਦਾ ਹੋਏਗਾ। ਅਤੇ ਇਹ ਕੋਰਸਿਸ ਜਿਹੜੇ ਆ, ਜੇ 1 ਈਅਰ 'ਚ ਆਪਾਂ ਨੂੰ ਮਿਲ ਰਹੇ ਆ, ਬਾਕੀ ਜਗ੍ਹਾ ਜਾ ਕੇ 2 ਸਾਲ ਦੀ, ਮਤਲਬ 2 ਸਾਲ ਦਾ ਡਬਲ ਖਰਚਾ, ਅਤੇ ਇੱਥੇ 1 ਸਾਲ 'ਚ ਉਹੀ ਕੋਰਸ ਕਰ ਰਹੇ ਹਾਂ। ਫੀਸ ਵੀ ਜਿਹੜੀ ਹੈ ਬਾਕੀ ਕੰਟਰੀਆਂ ਤੋਂ ਸਸਤੀ ਹੈ। ਜੇ ਆਪਾਂ ਕਹੀਏ ਕਿ ਹੈ ਨਾ, 10 ਲੱਖ ਤੋਂ ਲੈ ਕੇ ਆਨ ਐਨ ਐਵਰੇਜ 15 ਤੋਂ 17 ਲੱਖ, ਮਤਲਬ 10 ਤੋਂ ਲੈ ਕੇ 16-17 ਲੱਖ ਤੱਕ ਤੁਹਾਨੂੰ ਇੱਕ ਤੋਂ ਇੱਕ ਅੱਛਾ ਕੋਰਸ ਮਿਲ ਜਾਂਦਾ ਹੈ। ਅਤੇ 6 ਮਹੀਨੇ ਦੀ ਫੀਸ ਤੁਸੀਂ ਦੇਣੀ ਹੈ, ਔਰ 6 ਮਹੀਨੇ ਦੀ ਫੀਸ ਦੇ ਕੇ ਤੁਸੀਂ ਵੀਜ਼ਾ ਲੈ ਸਕਦੇ ਹੋ। ਔਰ ਜੇ ਤੁਹਾਡਾ ਬਜਟ ਠੀਕ ਹੈ ਤਾਂ ਤੁਸੀਂ ਸਾਲ ਦੀ ਫੀਸ ਦੇ ਦਿਓ, ਲਿਵਿੰਗ ਐਕਸਪੈਂਸਿਸ ਖਾਲੀ ਦਿਖਾ ਕੇ ਤੁਸੀਂ ਵੀਜ਼ਾ ਲੈ ਸਕਦੇ ਹੋ। ਹੁਣ ਲਿਵਿੰਗ ਐਕਸਪੈਂਸਿਸ ਖਾਲੀ 28 ਦਿਨ ਪੁਰਾਣੇ ਦਿਖਾਉਣੇ ਆ, ਇਨਰ ਲੰਡਨ ਆਊਟਰ ਲੰਡਨ ਦਾ ਥੋੜ੍ਹਾ ਜਿਹਾ ਫਰਕ ਹੈ, ਅਤੇ 10-12 ਲੱਖ ਤੁਸੀਂ ਜਿਹੜਾ ਅਕਾਊਂਟ ਦੇ ਵਿੱਚ ਖਾਲੀ ਸ਼ੋ ਕਰਨਾ। ਆਇਲਸ ਤੁਹਾਡਾ ਕੰਪਲਸਰੀ ਹੈ ਕਾਫੀ ਯੂਨੀਵਰਸਿਟੀਆਂ ਵਾਸਤੇ, 6 ਬੈਂਡ, ਨੋਟ ਲੈਸ ਦੈਨ 5.5। ਇੱਥੇ ਜਦ ਵੀ ਆਇਲਸ ਦੀ ਗੱਲ ਆਏਗੀ ਨਾ, ਨੋਟ ਲੈਸ ਦੈਨ 5.5 ਜ਼ਰੂਰ ਹੋਏਗਾ, ਇੱਕ ਇਹਨਾਂ ਦਾ ਰੂਲ ਹੈ। 5 ਬੈਂਡ 'ਚ ਕੋਈ ਚੀਜ਼ ਨਹੀਂ ਹੈ, 6 ਬੈਂਡ 5.5 ਤੋਂ ਘੱਟ ਨਹੀਂ, ਜਾਂ ਕੋਈ ਯੂਨੀਵਰਸਿਟੀ ਲੈ ਲੇਗੀ 5.5 4 'ਚ ਲੈ ਲੇਗੀ, ਪਰ 5.5 ਤੋਂ ਘੱਟ ਕੁਛ ਵੀ ਨਾ ਹੋਏ। ਪੀ ਟੀ ਤੁਹਾਡਾ ਜਿਹੜਾ ਜ਼ਿਆਦਾਤਰ ਯੂਨੀਵਰਸਿਟੀਆਂ 59 ਇੰਚ ਲੈਂਦੀਆਂ, ਪਰ ਕੁਛ ਯੂਨੀਵਰਸਿਟੀਆਂ ਉਹ ਜਿਹੜਾ ਘੱਟ ਵੀ ਲੈ ਲੈਂਦੀਆਂ। ਅਤੇ ਹੁਣ ਤੁਹਾਡਾ ਕੀ ਹੋ ਗਿਆ, ਫੀਸ ਤੁਹਾਡੀ ਕੰਫਰਟੇਬਲ ਹੋ ਗਈ, ਫੰਡ ਜਿਹੜੇ ਜਸਟ 28 ਡੇਜ਼ ਓਲਡ ਦਿਖਾਉਣੇ ਆ, ਪੀ ਟੀ ਆਇਲਸ
ਟੋਫਲ ਸਾਰਾ ਕੁਛ ਚੱਲਦਾ ਹੈ। ਕਾਫੀ ਸਾਰੀ ਯੂਨੀਵਰਸਿਟੀਆਂ ਜਿਹੜੀ ਹੈ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਤੇ ਵੀ ਲੈ ਲੈਂਦੀਆਂ। ਹੁਣ ਜਿੱਦਾਂ ਕੱਲ ਮੈਂ ਇੱਕ ਯੂਨੀਵਰਸਿਟੀ ਦਾ ਸਾਡਾ ਜਿਹਨੂੰ ਕਹਿੰਦੇ ਚਾਹੀਦਾ ਕਾਨਫਰੰਸ ਸੀਗੀ, ਤਾਂ ਉਹਦੇ ਵਿੱਚ ਉਹਨਾਂ ਦਾ ਕੀ ਹੈ, ਜਦ ਬੱਚੇ ਦੇ ਇੰਗਲਿਸ਼ ਦੇ ਵਿੱਚ 70% ਹੈ ਤਾਂ ਕੋਈ MOI ਵੀ ਨਹੀਂ ਚਾਹੀਦੀ, ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਵੀ ਨਹੀਂ ਚਾਹੀਦਾ, ਬਟ CBSE ਹੋਣਾ ਚਾਹੀਦਾ। ਉਹਦਾ ਆਟੋਮੈਟਿਕ ਹੀ ਇੰਗਲਿਸ਼ ਲੈਂਗੁਏਜ ਇੰਗਲਿਸ਼ ਟੈਸਟ ਵੇਵਰ ਹੈ। ਹੁਣ ਉਸ ਯੂਨੀਵਰਸਿਟੀ ਦੀ ਮੈਂ ਨਾਮ ਹੈ ਬ੍ਰੈਡਫੋਰਡ ਸ਼ਾਇਰ, ਉਹਦਾ ਕੀ ਸੀਗਾ, ਮੈਨੇਜਮੈਂਟ ਦਾ ਜਿਹੜਾ ਕੋਰਸ ਉਹ ਬੈਸਟ ਹੈ ਜੀ। ਉਹਨਾਂ ਦਾ ਜਿਹੜੀ ਐਕਰੀਡੇਸ਼ਨ ਹੈ ਵਰਲਡ ਦੇ ਵਿੱਚ ਮੈਨੇਜਮੈਂਟ ਦੀ, ਜਿਹੜੀ ਐਕਰੀਡੇਸ਼ਨ ਐਗਜੈਕਟਲੀ ਮੈਨੂੰ ਨਾਮ ਯਾਦ ਨਹੀਂ ਆ ਰਿਹਾ, ADSA ਕੁਛ ਕਰਕੇ ਹੈ, ਅਤੇ ਉਹ ਜਿਹੜੀ ਐਕਰੀਡੇਸ਼ਨ ਹੈ ਉਹ ਵਰਲਡ ਦੇ ਵਿੱਚ ਕਿੰਨੀ, 14,000 ਮੈਨੇਜਮੈਂਟ ਯੂਨੀਵਰਸਿਟੀਜ਼ ਹੈ ਜਿਹਦੇ ਵਿੱਚ ਖਾਲੀ 127 ਯੂਨੀਵਰਸਿਟੀਆਂ ਕੋਲ ਜਿਹੜੀ ਹੈ ਐਕਰੀਡੀਟਿਡ ਹੈ, ਪਰ ਇਹ ਜਿਹੜੀ ਐਕਰੀਡੇਸ਼ਨ ਹੈ ਇਹ ਖਾਲੀ 27 ਯੂਨੀਵਰਸਿਟੀਜ਼ ਦੇ ਵਿੱਚ ਹੈ ਜਿਹਦੇ ਵਿੱਚ ਇਹ ਯੂਨੀਵਰਸਿਟੀ ਹੈ। ਅਤੇ ਐਕਰੀਡੀਟੇਸ਼ਨ ਦਾ ਮਤਲਬ ਕੀ ਹੈ, ਤੁਹਾਨੂੰ ਇੱਕ ਵੇਟੇਜ ਦਿੰਦੀ ਹੈ, ਔਰ ਉਹ ਪ੍ਰੋਗਰਾਮ ਦੇ ਜਿਹੜੇ ਮਾਪਦੰਡ ਹੈ ਉਹ ਪ੍ਰੋਗਰਾਮ ਜਿਹੜਾ ਮੈਨੇਜਮੈਂਟ ਦਾ ਉਹ ਉਹਨਾਂ ਦੇ ਮਾਪਦੰਡ ਦੇ ਹਿਸਾਬ ਨਾਲ ਚੱਲ ਰਿਹਾ, ਇਹ ਜਿਹੜਾ ਹੈ ਇਹਨਾਂ ਦੀ ਐਕਰੀਡੀਟੇਸ਼ਨ ਦਾ ਮਤਲਬ ਹੁੰਦਾ। ਹੁਣ ਤੁਸੀਂ ਦੱਸੋ ਕਿ ਇੱਕ ਬੱਚਾ ਜਿਹੜਾ ਜਾ ਰਿਹਾ ਉਹ ਕਹਿੰਦਾ ਕਿ ਮੈਂ ਲੰਡਨ ਦੇ ਨੇੜੇ ਰਹਾਂ, ਬਟ ਕਿਉਂਕਿ ਲੰਡਨ 'ਚ ਰਹਿਣਾ ਤਾਂ ਮੈਨੂੰ ਕੋਈ £200 ਹਫ਼ਤੇ ਦੇ ਜਿਹੜਾ 700-800 pounds ਖਰਚਾ ਆ ਜਾਂਦਾ ਮਹੀਨੇ ਦਾ, ਜੋ 3-4 ਬੱਚਿਆਂ ਦਾ ਗਰੁੱਪ ਬਣਾ ਕੇ ਲੈਂਦਾ ਤਾਂ ਵੀ 400-500 ਆ ਜਾਂਦਾ। ਇੱਥੇ ਯੂਨੀਵਰਸਿਟੀ ਕੈਂਪਸ ਦੇ ਅੰਦਰ, ਮੈਂ ਖਾਲੀ ਇੱਕ ਯੂਨੀਵਰਸਿਟੀ ਦੀ ਨਹੀਂ ਗੱਲ ਕਰ ਰਹੀ, ਖਾਲੀ ਇੱਕ ਇਗਜ਼ਾਮਪਲ ਦੇ ਰਹੀ ਹਾਂ, ਇੱਦਾਂ ਦੇ ਮੇਰੇ ਖਿਆਲ ਘੱਟ ਤੋਂ ਘੱਟ 30-40 ਅੱਛੀ ਯੂਨੀਵਰਸਿਟੀਆਂ। ਯੂਨੀਵਰਸਿਟੀ ਕੈਂਪਸ ਦੇ ਅੰਦਰ ਤੁਹਾਨੂੰ £100 ਦੇ ਵਿੱਚ, ਮਤਲਬ ਮਹੀਨੇ ਦੇ £400 ਦੇ ਵਿੱਚ ਯੂਨੀਵਰਸਿਟੀ ਤੁਹਾਨੂੰ ਅਕੋਮੋਡੇਸ਼ਨ ਦੇ ਰਹੀ ਹੈ ਇਕੱਲੇ ਬੱਚੇ ਨੂੰ, ਔਰ ਜੇ ਬਾਹਰ ਤੁਸੀਂ ਫਰੈਂਡਸ ਨਾਲ 4 ਬੱਚੇ ਮਿਲ ਕੇ ਰਹਿੰਦੇ ਹੋ ਤਾਂ ਤੁਹਾਨੂੰ ਇਹੀ ਉਸ ਤੋਂ ਵੀ ਅੱਧੀ ਹੋ ਜਾਂਦੀ ਆ। ਤੁਹਾਨੂੰ ਸਪੋਰਟਸ ਫੈਸਿਲਿਟੀ ਸਾਰੀ ਮਿਲ ਰਹੀਆਂ, 2 years ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲ ਰਿਹਾ, ਐਂਡ ਆਈ ਥਿੰਕ ਦੀਜ਼ ਆਰ ਆਲ ਜਿਹੜੀ ਇਹ ਕੁਆਲਿਟੀਜ਼ ਹੈ ਇੱਕ ਬੱਚੇ ਨੂੰ ਅਟਰੈਕਟ ਕਰਦੀਆਂ UK ਜਾਣ ਵਾਸਤੇ, ਕਿਉਂਕਿ ਇਹਨਾਂ ਦੀ ਜਿਹੜੀ ਜੋਬ ਇੰਪਲਾਇਮੈਂਟ, ਸਭ ਤੋਂ ਵੱਡੀ ਗੱਲ, 1 year ਦਾ ਕੋਰਸ ਕਰ ਲਿਆ, 2 years ਦਾ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲ ਗਿਆ, ਜਿਹੜਾ ਤੁਸੀਂ 10 lakh ਲਗਾਏ ਜਾਂ 15 lakh ਲਗਾਇਆ ਉਹਨਾਂ ਰਿਟਰਨ ਔਨ ਇਨਵੈਸਟਮੈਂਟ ਕੀ ਹੈ, ਇਹਨਾਂ ਦੀ ਜਿਹੜੀ ਹੈ ਜਿਹੜੀ ਜੋਬ ਸੈਟਿਸਫੈਕਸ਼ਨ ਹੈ, ਜੋਬ ਪਲੇਸਮੈਂਟ ਹੈ, ਸਾਰੀ ਯੂਨੀਵਰਸਿਟੀਆਂ ਜਿਹੜੀ ਅੱਛੀ ਵਾਲੀਆਂ ਇਹਨਾਂ ਦੀ 96-98% ਜਿਹੜੀ ਹੈ ਜਿਹੜੀ ਹੈ ਜੋਬ ਪਲੇਸਮੈਂਟ ਹੈ। ਅਤੇ ਇਫ ਯੂ ਆਰ ਹੈਵਿੰਗ ਜੋਬ ਪਲੇਸਮੈਂਟ, ਪੋਸਟ ਸਟੱਡੀ ਵਰਕ ਪਰਮਿਟ ਮਿਲ ਰਿਹਾ, ਫੰਡਸ ਮਿਨੀਮਮ ਦਿਖਾ ਰਹੇ ਹੋ, ਕੋਈ ITR ਨਹੀਂ ਦਿਖਾਉਣੀ, ਕੋਈ ਇਨਕਮ ਨਹੀਂ ਦਿਖਾਉਣੀ, ਕੋਈ GT ਦਾ ਲੰਬਾ ਚੌੜਾ ਚੱਕਰ ਨਹੀਂ, ਦੈਨ ਦਿਸ ਇਜ਼ ਦਾ ਬੈਸਟ ਕੰਟਰੀ ਟੂ ਬੀ ਦੇਅਰ। ਹਾਂ, ਸਿਸਟਮ 'ਚ ਵੜਨਾ ਪੈਂਦਾ, ਜਾਂ ਤੁਸੀਂ ਕਹਿੰਦੇ ਹੋ ਕਿ ਖਾਲੀ PR, ਤਾਂ PR ਸਾਰੇ ਬੱਚਿਆਂ ਨੂੰ ਮਿਲਦੀ ਹੈ, ਜਿਹੜਾ ਬੱਚਾ ਪੜ੍ਹ ਕੇ ਜੋਬ ਕਰੇਗਾ ਇੱਕ ਰਿਕੁਆਇਰਡ ਸੈਲਰੀ ਲਏਗਾ, ਉਹ ਸਾਰੀ ਜਗ੍ਹਾ ਬ੍ਰਿਟਿਸ਼ ਪਾਸਪੋਰਟ ਵੀ ਮਿਲੇਗਾ ਤੁਹਾਨੂੰ। ਬਿਲਕੁਲ ਸਹੀ ਹੈ। ਸੋ ਸਟੂਡੈਂਟਸ ਨੂੰ ਜ਼ਰੂਰ ਜੋ ਸਹੀ ਢੰਗ ਨਾਲ ਹੀ ਅਪਲਾਈ ਕਰਨਾ ਚਾਹੀਦਾ ਹੈ, ਜੈਨੂਨ ਵੇ ਦੇ ਨਾਲ ਹੀ, ਜੋ ਵੀ ਕਿਸੇ ਕੰਟਰੀ ਦਾ ਲਾਅ ਹੈ, ਰਿਕੁਆਇਰਮੈਂਟਸ ਹੈ, ਉਸਦੇ ਅਕੋਰਡਿੰਗਲੀ ਚੱਲਦੇ ਹੋਏ ਹੀ ਆਪਣਾ ਪੂਰਾ ਸਟੱਡੀ ਕੰਪਲੀਟ ਕਰਨੀ ਚਾਹੀਦੀ ਹੈ, ਤਾਂ ਕਿ ਤੁਹਾਨੂੰ ਉਹ PR ਨੂੰ ਲੈ ਕੇ ਵੀ ਕਦੇ ਕੋਈ ਦਿੱਕਤ ਨਾ ਹੋਵੇ। ਔਰ ਸਟਾਰਟਿੰਗ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰਨੀ, ਜੋ ਤੁਹਾਨੂੰ ਰਾਈਟ ਪ੍ਰੋਸੀਜਰ ਦੱਸ ਸਕਣ, ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਆਪਸ਼ਨ ਤੁਹਾਨੂੰ ਗਾਈਡ ਕਰ ਸਕਣ। ਸੋ ਇਸੇ ਦੇ ਲਈ ਤੁਸੀਂ ਨੈਵੀਗੇਟਰਸ ਓਵਰਸੀਜ਼ ਦਾ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ, ਤਾਂ ਕਿ ਟਾਈਮ
ਲਈ ਤੁਸੀਂ ਵੀ ਯੂਕੇ ਸਟੱਡੀ ਵੀਜ਼ਾ ਲਈ ਅਪਲਾਈ ਕਰਕੇ ਚੰਗੀ ਆਪਸ਼ਨਸ ਦੇ ਨਾਲ ਅੱਗੇ ਵਧਦੇ ਹੋਏ ਆਪਣਾ ਵੀਜ਼ਾ ਜੋ ਹੈ ਹਾਸਿਲ ਕਰ ਸਕੋ, ਔਰ ਜਾਂ ਫਿਰ ਤੁਸੀਂ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਦੇ ਨਾਲ, ਤਾਂ ਕਿ ਅਸੈਸਮੈਂਟ ਕੀਤੀ ਜਾਏ, ਟਾਈਮਲੀ ਤੁਸੀਂ ਹਰ ਚੀਜ਼ ਨੂੰ ਸਮਝਦੇ ਹੋਏ ਅੱਗੇ ਜ਼ਰੂਰ ਵਧੋ। ਬਹੁਤ ਬਹੁਤ ਥੈਂਕਸ ਮੈਮ ਪੂਰੀ ਇਨਫੋਰਮੇਸ਼ਨ ਸਾਂਝੀ ਕਰਨ ਲਈ ਸਟੂਡੈਂਟਸ ਦੇ ਨਾਲ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।